कॉमर्स क्लब और एसोसिएशन ही अपने गल करनी है। एक क्लब इज एन एसोसिएशन ऑफ पर्सन्स गैदर टू इनिशिएट कंडक्ट एंड कैरी ऑन सम स्पेसिफिक ऑर्गेनाइज्ड वर्क। तां कॉमर्स क्लब और एसोसिएशन क्या हुंदा है? यह एक एसोसिएशन ऑफ पर्सन्स है जिस दे विच कुछ ऑर्गेनाइज्ड कुछ स्पेसिफिक कम करन दे लई आपां इस नूं बनाने हैं, accomplishing some long term goals, जिस दे नाल असीं long term goals नूं अचीव कर सकें। For achieving efficiency in teaching as well as learning commerce, there is need for such an organized effort. अगर आपां ने commerce दे विच teaching और learning process नूं अच्छा बनाना है, efficiency उसकी बनानी है, तां फिर एक सानूं इह जरूर commerce club या association बनाना चाहिए। अपना भी हैगा एक commerce association, हैगी है बच्चे? यस सर, यस सर। पता है सारे में, है ना? देयरफॉर अ कॉमर्स क्लब कैन बी ऑर्गेनाइज्ड बाय द टीचर इन द कॉमर्स डिपार्टमेंट ऑफ स्कूल्स बाय गैदरिंग ऑल स्टूडेंट्स ऑफ द डिपार्टमेंट। इस दे विच सारे जिन्ने भी कॉमर्स दे डिपार्टमेंट दे बच्चे होंदे ने वो सारे इस दे मेंबर होंदे ने। ठीक है, कॉमर्स क्लब मे बी कंसीडर्ड बाय इनिशियल स्टेप एंड मोस्ट इंपोर्टेंट पार्ट ऑफ को-करिकुलर एक्टिविटी। यह इनिशियल स्टेप है और कोकुलर एक्टिविटी है, बहुत इंपॉर्टेंट है। जो बच्चा कॉमर्स दे विच बाकी सब कुछ चीजा सीखता है वो सारा इस नु सप्लीमेंट करता है। ठीक है, बिकॉज एज अ कलेक्शन ऑफ स्टूडेंट्स इन द सेम सब्जेक्ट आप कॉमर्स क्लब कैन एफिशिएंटली ऑर्गेनाइज अदर कोकुलर एक्टिविटीज एंड ग्रुप एक्टिविटीज। हुण इस दे विच देखो सारे सेम इंटरेस्ट दे बच्चे ने, सेम तरह दे बच्चे ने, सारे कॉमर्स वाले बच्चे ने, इस करके किसी भी चीज नु किसी भी एक्टिविटी नु कोकुलर एक्टिविटी नु ऑर्गेनाइज बड़े अच्छे तरीके नाल करया जा सकता है। द क्लब मे बी कॉन्स्टिट्यूटेड फॉर द डेवलपमेंट ऑफ द इंटरेस्ट ऑफ द स्टूडेंट्स। इस दे विच जिहड़ा क्लब है वो क्यों आपां बनाने हैं एसोसिएशन, क्योंकि बहुत सारी एक्टिविटीज आपां इस दे विच करदे हैं और अपने सिलेबस दे विच दो एक्टिविटीज इन्होंने कहा है, स्कूल बैंक है एक और दूसरा है जिहड़ा कोऑपरेटिव सोसाइटी है, स्कूल कोऑपरेटिव सोसाइटी, ਤਾਂ ਕਿ ਬੱਚਿਆਂ ਦਾ ਇਹਨਾਂ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਇੰਟਰਸਟ ਡਿਵੈਲਪ ਹੋ ਸਕੇ, ਇਸ ਕਰਕੇ ਆਪਾਂ ਸਕੂਲ ਕਲੱਬ ਬਣਾਉਣੇ ਆ। ਓਬਜੈਕਟਿਵਸ ਦੇ ਵਿੱਚ ਟੂ ਪ੍ਰੋਵਾਈਡ ਅਪੋਰਚੁਨਿਟੀਜ਼ ਫॉर ਕ੍ਰੀਏਟਿਵ ਐਕਟੀਵਿਟੀਜ਼। ਬੱਚੇ ਨੂੰ ਮੌਕੇ ਮਿਲਦੇ ਨੇ ਕਿ ਉਹ, ਹੈਲੋ ਬੱਚੇ ਆਵਾਜ਼ ਆ ਰਹੀ ਹੈ? ਯੈਸ ਸਰ, ਯੈਸ ਸਰ। ਓਕੇ, ਟੂ ਪ੍ਰੋਵਾਈਡ ਅਪੋਰਚੁਨਿਟੀਜ਼ ਫॉर ਕ੍ਰੀਏਟਿਵ ਐਕਟੀਵਿਟੀਜ਼ ਐਂਡ ਫॉर ਦ ਡਿਵੈਲਪਮੈਂਟ ਆਫ ਦ ਲੀਡਰਸ਼ਿਪ ਕੁਆਲਿਟੀਜ਼। ਇਸ ਦੇ ਵਿੱਚ ਕੀ ਹੁੰਦਾ ਹੈ, ਆਪਾਂ ਬੱਚੇ ਨੂੰ ਮੌਕੇ ਦਿੰਨੇ ਆ, ਅਪੋਰਚੁਨਿਟੀਜ਼ ਦਿੰਨੇ ਆ, ਤਾਂ ਕਿ ਬੱਚਾ ਆਪਣੇ ਕ੍ਰੀਏਟਿਵ ਆਈਡੀਆਜ਼ ਨੂੰ, ਕ੍ਰੀਏਟਿਵ ਨੂੰ ਸਾਰਾ ਕੁਝ ਆਰਗੇਨਾਈਜ਼ ਤਰੀਕੇ ਦੇ ਨਾਲ ਕਰ ਸਕੇ ਔਰ ਇਸ ਦੇ ਵਿੱਚ ਆਟੋਮੈਟਿਕਲੀ ਲੀਡਰਸ਼ਿਪ ਕੁਆਲਿਟੀ ਜਿਹੜੀਆਂ ਹੈਗੀਆਂ ਨੇ ਉਹ ਡਿਵੈਲਪ ਹੁੰਦੀਆਂ ਨੇ, ਕਿਉਂਕਿ ਬੱਚਿਆਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਲੀਡਰ ਬਣ ਜਾਂਦਾ ਹੈ। ਟੂ ਹੈਲਪ ਇਨ ਡਿਵੈਲਪਿੰਗ ਪੋਜ਼ਿਟਿਵ ਆਊਟਲੁੱਕ ਟੁਵਰਡਸ ਡਿਫਰੈਂਟ ਆਕਿਊਪੇਸ਼ਨਸ। ਇਸ ਦੇ ਵਿੱਚ ਬੱਚਾ ਜਦੋਂ ਅਲੱਗ ਅਲੱਗ ਤਰ੍ਹਾਂ ਦੇ ਕੰਮ ਕਰਦਾ ਹੈ, ਅਲੱਗ ਅਲੱਗ ਐਕਟੀਵਿਟੀਜ਼ ਕਰਦਾ ਹੈ, ਜਿਵੇਂ ਆਪਾਂ ਨੇ ਕਿਹਾ ਸਕੂਲ ਬੈਂਕ ਹੈ ਜਾਂ ਕੋਆਪਰੇਟਿਵ ਸੋਸਾਇਟੀਜ਼ ਹੈ, ਕਿਸੇ ਬਿਜ਼ਨਸ ਨੂੰ ਚਲਾਉਣਾ ਹੈ, ਸਟਾਰਟ ਕਰਨਾ ਹੈ, ਰੋ ਮਟੀਰੀਅਲ ਕਿਵੇਂ ਖਰੀਦਣਾ ਹੈ, ਜਦੋਂ ਬੱਚਾ ਕੁਝ ਕਰਦਾ ਹੈ ਤਾਂ ਉਦੋਂ ਜਿਹੜਾ ਹੈ ਬੱਚੇ ਦੇ ਮਨ ਦੇ ਵਿੱਚ ਪੋਜ਼ਿਟਿਵ ਆਊਟਲੁੱਕ ਹੁੰਦਾ ਹੈ ਕਿ ਆਕਿਊਪੇਸ਼ਨ ਡਿਫਰੈਂਟ ਆਕਿਊਪੇਸ਼ਨਸ ਨੂੰ ਲੈ ਕੇ। ਟੂ ਲਰਨ ਪਬਲਿਕ ਸਪੀਕਿੰਗ, ਪਾਰਟੀਸੀਪੇਸ਼ਨ ਇਨ ਡਿਬੇਟਸ ਐਂਡ ਅਦਰ ਲਿਟਰੇਰੀ ਐਕਟੀਵਿਟੀਜ਼। ਇਸ ਦੇ ਵਿੱਚ ਬੱਚਾ ਜਿਹੜਾ ਹੈ ਉਹ ਕਮਰਸ ਕਲੱਬ ਜਾਂ ਸੋਸਾਇਟੀ ਵੱਲੋਂ ਅਲੱਗ ਅਲੱਗ ਚੀਜ਼ਾਂ ਦੇ ਵਿੱਚ ਪਾਰਟੀਸੀਪੇਟ ਕਰ ਸਕਦਾ ਹੈ, ਜਿਵੇਂ ਇਸਨੇ ਦੱਸਿਆ ਹੈ ਐਗਜ਼ਾਮਪਲਸ, ਡਿਬੇਟ ਹੈ, ਲਿਟਰੇਰੀ ਐਕਟੀਵਿਟੀਜ਼ ਹੈ, ਠੀਕ ਹੈ, ਡਿਸਕਸ਼ਨ ਹੈ, ਉਹ ਸਾਰੀਆਂ ਦੇ ਵਿੱਚ ਜਿਸ ਦੇ ਨਾਲ ਬੱਚੇ ਦੀ ਪਬਲਿਕ ਸਪੀਕਿੰਗ ਅੱਛੀ ਹੁੰਦੀ ਹੈ। ਟੂ ਪ੍ਰੋਵਾਈਡ ਅਪੋਰਚੁਨਿਟੀਜ਼ ਟੂ ਦ ਸਟੂਡੈਂਟਸ ਫਾਰ ਇਨਰਿਚਿੰਗ ਦੇਅਰ ਐਕਸਪੀਰੀਅੰਸਿਸ। ਜਿੰਨੇ ਵੀ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਨੇ ਉਹ ਸਾਰੀਆਂ ਬੱਚੇ ਦੇ ਐਕਸਪੀਰੀਅੰਸਿਸ ਨੂੰ ਹੋਰ ਜ਼ਿਆਦਾ ਐਨਰਿਚ ਕਰਦੀਆਂ ਨੇ। ਇਸ ਦਾ ਮਤਲਬ ਇਹ ਹੈ ਕਿ ਕਿਸੇ ਚੀਜ਼ ਨੂੰ ਥਿਓਰੀਟਿਕਲੀ ਪੜ੍ਹਾਉਣ ਤੋਂ ਇਲਾਵਾ ਅਗਰ ਆਪਾਂ ਉਸ ਨੂੰ ਕੁਝ ਐਕਟੀਵਿਟੀਜ਼ ਦੇ ਥਰੂ ਕਰਾ ਕੇ ਆਪਾਂ ਕਰਾਵਾਂਗੇ ਤਾਂ ਲਰਨਿੰਗ ਬਾਈ ਡੂਇੰਗ ਜਦੋਂ ਬੱਚਾ ਕਰਦਾ ਹੈ ਤਾਂ ਉਹ ਜ਼ਿਆਦਾ ਵਧੀਆ ਸਿੱਖਦਾ ਹੈ, ਉਸਦੀ ਜਿਹੜੀ ਲਰਨਿੰਗ ਹੈ ਉਹ ਜ਼ਿਆਦਾ ਇਨਰਿਚਮੈਂਟ ਉਹਦੀ ਹੁੰਦੀ ਹੈ। ਟੂ ਸਪਲੀਮੈਂਟ ਦਾ ਕਰੀਕੁਲਰ ਵਰਕ, ਇਹ ਆਪਾਂ ਪਹਿਲੇ ਹੁਣੇ ਦੱਸਿਆ ਹੈ ਕਿ ਜੋ ਥਿਊਰੀ ਹੈ ਉਸਨੂੰ ਆਪਾਂ ਸਪਲੀਮੈਂਟ ਕਰਦੇ ਹਾਂ ਵਿਦ ਦ ਹੈਲਪ ਆਫ ਦ ਵੇਰੀਅਸ ਕੋ-ਕਰਿਕੁਲਰ ਐਕਟੀਵਿਟੀਜ਼। ਨੈਕਸਟ ਹੈ ਟੂ ਪ੍ਰੋਵਾਈਡ ਦ ਅਪੋਰਚੁਨਿਟੀਜ਼ ਫਾਰ ਦ ਡਿਵੈਲਪਮੈਂਟ ਆਫ ਪੀਪਲ ਐਬਿਲਿਟੀਜ਼, ਹੈ ਨਾ। ਇਸ ਦੇ ਵਿੱਚ ਕਿਆ ਹੁੰਦਾ ਹੈ, ਜਦੋਂ ਬੱਚਾ ਅਲੱਗ ਅਲੱਗ ਚੀਜ਼ਾਂ ਦੇ ਵਿੱਚ ਪਾਰਟੀਸੀਪੇਟ ਕਰਦਾ ਹੈ ਤਾਂ ਉਸਦੀਆਂ ਐਬਿਲਿਟੀਜ਼ ਡਿਵੈਲਪ ਹੁੰਦੀਆਂ ਨੇ। ਕਲੱਬ ਇਜ਼ ਵੈਰੀ ਹੈਲਪਫੁਲ ਇਨ ਮੇਕਿੰਗ ਦ ਕੰਸਟਰਕਟਿਵ ਯੂਜ਼ ਆਫ ਦ ਲੇਜਰ ਟਾਈਮ। ਜਦੋਂ ਬੱਚਾ ਫ੍ਰੀ ਹੁੰਦਾ ਹੈ ਤਾਂ ਆਪਣਾ ਟਾਈਮ ਵੇਸਟ ਨਾ ਕਰੇ, ਕੁਛ ਨਾ ਕੁਛ ਕੰਸਟਰਕਟਿਵ ਕਰੇ। ਇਸ ਦੇ ਲਈ ਵੀ ਆਪਾਂ ਜਿਹੜਾ ਹੈਗਾ ਉਹ ਕਮਰਸ ਕਲੱਬ ਆਪਾਂ ਬਣਾਉਂਦੇ ਹਾਂ ਤਾਂ ਕਿ ਬੱਚਾ ਉਹਨਾਂ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰੇ ਫ੍ਰੀ ਟਾਈਮ ਦੇ ਵਿੱਚ। ਕਲੱਬ ਮੇ ਹੈਲਪ ਇਨ ਦ ਐਕਸਪਲੋਰੇਸ਼ਨ ਆਫ ਆਕੂਪੇਸ਼ਨਲ ਇੰਟਰਸਟ ਆਫ ਦ ਸਟੂਡੈਂਟ। ਜਿਵੇਂ ਮੈਂ ਪਹਿਲਾਂ ਦੱਸਿਆ
ਕਿ ਜਦੋਂ ਬੱਚਾ ਜਿਹੜਾ ਹੈ ਉਹ ਅਲੱਗ ਅਲੱਗ ਤਰ੍ਹਾਂ ਦੀਆਂ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਦਾ ਤਾਂ ਸਾਨੂੰ ਉਸਦਾ ਇੰਟਰਸਟ ਆਟੋਮੈਟਿਕਲੀ ਉੱਥੇ ਦਿਖਣਾ ਸ਼ੁਰੂ ਹੋ ਜਾਂਦਾ ਹੈ। ਜਿਹੜਾ ਬੱਚਾ ਬਹੁਤ ਜ਼ਿਆਦਾ ਇੰਟਰਸਟ ਲੈਂਦਾ ਹੈ ਸਕੂਲ ਬੈਂਕਸ ਦੇ ਵਿੱਚ, ਇਹਦਾ ਮਤਲਬ ਉਹਦਾ ਇੰਟਰਸਟ ਬੈਂਕਿੰਗ ਦੇ ਵਿੱਚ ਹੈ ਤਾਂ ਉੱਧਰ ਜਾਣਾ ਚਾਹੁੰਦਾ ਹੈ। ਅਗਰ ਕੋਈ ਬੱਚਾ ਆਪਣਾ ਬਿਜ਼ਨਸ ਕਰਨਾ ਚਾਹੁੰਦਾ ਹੈ, ਸਕੂਲ ਕੋਆਪਰੇਟਿਵ ਸੋਸਾਇਟੀ ਜਿਹੜੀਆਂ ਹੁੰਦੀਆਂ ਨੇ, ਲਾਈਕ ਉਹਨਾਂ ਦੇ ਵਿੱਚ ਕਿਆ ਹੁੰਦਾ ਹੈ, ਕੋਈ ਪੇਪਰ ਬੈਗ ਬਣਾਉਣੇ ਹੈ, ਕੋਈ ਕੈਂਡਲ ਮੇਕਿੰਗ ਕਰਨੀ ਹੈ ਨਾ, ਤਾਂ ਉਸ ਦੇ ਵਿੱਚ ਬੱਚਾ ਜਿਹੜਾ ਹੈ ਉਹ ਕਿੱਥੋਂ ਰੋ ਮਟੀਰੀਅਲ ਮਿਲੇਗਾ, ਕਿਵੇਂ ਉਹਨੂੰ ਪ੍ਰੋਸੈਸ ਕਰਨਾ ਹੈ, ਪ੍ਰੋਡਕਸ਼ਨ ਕਿਵੇਂ ਹੋਣੀ ਹੈ, ਫਿਰ ਉਹਨੂੰ ਸੇਲ ਕਿਵੇਂ ਕਰਨਾ ਹੈ। ਉਹ ਅਗਰ ਬੱਚਾ ਉਹਨਾਂ ਚੀਜ਼ਾਂ ਦੇ ਵਿੱਚ ਜ਼ਿਆਦਾ ਇੰਟਰਸਟ ਲੈਂਦਾ ਤਾਂ ਇਹਦਾ ਮਤਲਬ ਹੈ ਕਿ ਉਹਨੂੰ ਬਿਜ਼ਨਸ ਵੱਲ ਇੰਟਰਸਟ ਹੈ। ਤਾਂ ਇਸ ਦੇ ਨਾਲ ਕੋਆਪਰੇਟਿਵ ਸੋਸਾਇਟੀਜ਼ ਦੇ ਨਾਲ ਜਾਂ ਜਿਹੜੇ ਇਹ ਐਕਟੀਵਿਟੀਜ਼ ਆਪਾਂ ਕਰਦੇ ਹਾਂ ਕਮਰਸ ਕਲੱਬ ਦੇ ਵਿੱਚ, ਤਾਂ ਉਸ ਦੇ ਨਾਲ ਸਾਨੂੰ ਬੱਚੇ ਦੇ ਇੰਟਰਸਟ ਦੇ ਬਾਰੇ ਪਤਾ ਲੱਗਦਾ ਹੈ। ਕਲੱਬ ਪ੍ਰੋਵਾਈਡ ਅਪੋਰਚੁਨਿਟੀਜ਼ ਫਾਰ ਦ ਪ੍ਰੈਕਟਿਸ ਆਫ ਗਰੁੱਪ ਪਲੈਨਿੰਗ ਐਂਡ ਡਿਸੀਜ਼ਨ। ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਜਦੋਂ ਆਪਾਂ ਕੋਈ ਐਸੋਸੀਏਸ਼ਨ ਬਣਾ ਲਈ, ਕੋਈ ਕਲੱਬ ਬਣਾ ਲਿਆ, ਕੋਈ ਸੋਸਾਇਟੀ ਬਣਾ ਲਈ, ਤਾਂ ਉਸ ਦੇ ਵਿੱਚ ਸਾਰੇ ਬੱਚੇ ਜਿਹੜੇ ਹੈ ਉਹ ਮਿਲ ਕੇ ਆਪਸ ਦੇ ਵਿੱਚ ਪਲਾਨ ਕਰਦੇ ਆ ਔਰ ਕਿਸੇ ਇੱਕ ਡਿਸੀਜਨ ਤੇ ਪਹੁੰਚਦੇ ਨੇ। ਠੀਕ ਹੈ, ਸਾਰੇ ਜਣੇ ਮਿਲ ਕੇ ਕੰਮ ਕਰਦੇ ਨੇ। ਅਗਲਾ ਕੋਆਪਰੇਸ਼ਨ ਹੈ, ਇਹ ਸੇਮ ਪੁਆਇੰਟ, ਕੋਆਪਰੇਸ਼ਨ ਦੇ ਨਾਲ ਕੰਮ ਹੁੰਦਾ। ਕੋਈ ਵੀ ਇੱਕ ਵਿਅਕਤੀ ਸਾਰੇ ਕੰਮ ਨਹੀਂ ਕਰ ਸਕਦਾ, ਉਸਨੂੰ ਟੀਮ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਨੈਕਸਟ ਪੁਆਇੰਟ ਹੈ ਟੀਮ ਸਪਿਰਿਟ, ਸਾਰੇ ਜਣੇ ਮਿਲ ਕੇ ਕੰਮ ਕਰਦੇ ਨੇ ਇੱਕ ਓਬਜੈਕਟਿਵ ਦੇ ਨੂੰ ਅਚੀਵ ਕਰਨ ਦੇ ਲਈ, ਸਾਰੇ ਜਣੇ ਕੰਮ ਕਰਦੇ ਨੇ। ਬੱਚੇ ਸਮਝ ਆਇਆ ਇੱਥੇ ਤੱਕ? Yes, sir. Yes, sir. Next are activities. ਹੁਣ ਐਕਟੀਵਿਟੀਜ਼ ਵਿੱਚ ਕਿਆ ਕਿਆ ਕਰਾਈਆਂ ਜਾ ਸਕਦੀਆਂ ਨੇ? ਫੋਰ ਦ ਇੰਪਰੂਵਮੈਂਟ ਆਫ ਦ ਲਰਨਿੰਗ ਪ੍ਰੋਸੈਸ ਕਮਰਸ ਕਲੱਬ ਕੈਨ ਆਰਗੇਨਾਈਜ਼ ਦ ਫੋਲੋਇੰਗ ਐਕਟੀਵਿਟੀਜ਼। ਕਿਹੜੀ ਕਿਹੜੀਆਂ ਨੇ? ਲੇਕਿਨ ਹਾਂ, ਉਸਦੇ ਲਈ ਸੁਪਰਵਿਜ਼ਨ ਜ਼ਰੂਰੀ ਹੈ, ਡਾਇਰੈਕਸ਼ਨ ਜ਼ਰੂਰੀ ਹੈ ਟੀਚਰਸ ਦੀ। ਠੀਕ ਹੈ, ਤਾਂ ਕੰਡਕਟ ਮੀਟਿੰਗਸ, ਮੀਟਿੰਗਸ ਕੰਡਕਟ ਕਰਾਈਆਂ ਜਾ ਸਕਦੀਆਂ ਨੇ। ਠੀਕ ਹੈ, ਜਿਵੇਂ ਆਪਣੀ ਕਮਰਸ ਕਲੱਬ ਦੀ ਮੀਟਿੰਗ ਜਿਹੜੀ ਹੈ, ਕਮਰਸ ਸੋਸਾਇਟੀ ਜਿਹੜੀ ਮੀਟਿੰਗ ਹੋਈ ਸੀ ਆਪਣੇ ਸਟਾਰਟਿੰਗ ਦੇ ਵਿੱਚ ਇਲੈਕਸ਼ਨਸ ਦੇ ਲਈ। ਠੀਕ ਹੈ, ਉਸ ਤੋਂ ਇਨ ਬਿਟਵੀਨ ਵੀ ਆਪਾਂ ਕੋਈ ਮੀਟਿੰਗ ਕਰਵਾਈ ਜਾ ਸਕਦੀ ਹੈ। ਟੂਰਸ ਹੈ, ਜਦੋਂ ਟੂਰ ਲੈ ਕੇ ਜਾਣਾ ਹੈ ਕਮਰਸ ਕਲੱਬ ਦੇ ਵੱਲੋਂ, ਕਮਰਸ ਸੋਸਾਇਟੀ ਵੱਲੋਂ ਕੋਈ ਆਰਗੇਨਾਈਜੇਸ਼ਨ ਆਫ ਫੇਅਰਸ ਐਂਡ ਐਗਜੀਬਿਸ਼ਨਸ ਅਗਰ ਲਗਾਉਣੇ ਹੈ। ਠੀਕ ਹੈ, ਜਿਵੇਂ ਆਪਾਂ ਅੱਗੇ ਗੱਲ ਕਰਾਂਗੇ, ਕੋਆਪਰੇਟਿਵ ਸੋਸਾਇਟੀ ਨੇ ਕੁਛ ਮਟੀਰੀਅਲ ਬਣਾ ਲਿਆ, ਕੁਛ ਜਿਵੇਂ ਪੇਪਰ ਬੈਗ ਬਣਾ ਲਿਆ ਜਾਂ ਕੈਂਡਲ ਮੇਕਿੰਗ ਬਣਾ ਲਿਆ, ਇੱਕ ਹੋਰ ਚੀਜ਼ ਬਣਾ ਲਈ, ਤਾਂ ਉਹ ਫੇਅਰ ਐਂਡ ਐਗਜੀਬਿਸ਼ਨ ਲਗਾ ਕੇ ਫਿਰ ਉਹਨੂੰ ਸੇਲ ਵੀ ਕਰਨਾ ਹੁੰਦਾ, ਤਾਂ ਉਹ ਚੀਜ਼ਾਂ ਵੀ ਆਰਗੇਨਾਈਜ਼ ਕਰਵਾਈਆਂ ਜਾ ਸਕਦੀਆਂ ਨੇ। ਅਰੇਂਜਿੰਗ ਐਕਸਟੈਂਸ਼ਨ ਲੈਕਚਰ ਆਫ ਦ ਲਰਨ ਪਰਸਨੈਲਿਟੀਜ਼। ਸੋਸਾਇਟੀ ਦੇ ਵਿੱਚ ਜਿਹੜੇ ਹੋਰ ਐਕਸਪੀਰੀਅੰਸਡ ਪਰਸਨਸ ਹੈ, ਐਮੀਨੈਂਟ ਪਰਸਨੈਲਿਟੀਜ਼ ਹੈ, ਉਹਨਾਂ ਦਾ ਵੀ ਐਕਸਟੈਂਸ਼ਨ ਲੈਕਚਰ ਬੱਚਿਆਂ ਦੇ ਲਈ ਕਰਵਾਇਆ ਜਾ ਸਕਦਾ ਹੈ ਬਾਈ ਕਮਰਸ ਸੋਸਾਇਟੀ। ਵਿਜ਼ਿਟ ਟੂ ਇੰਡਸਟਰੀਜ਼ ਐਂਡ ਪਲੇਸ ਆਫ ਕਮਰਸ਼ੀਅਲ ਇੰਪੋਰਟੈਂਸ। ਬੱਚਿਆਂ ਨੂੰ ਇੰਡਸਟਰੀ, ਬੈਂਕ, ਫੈਕਟਰੀਜ਼, ਠੀਕ ਹੈ, ਉਹਨਾਂ ਦਾ ਵਿਜ਼ਿਟ ਕਰਵਾਇਆ ਜਾ ਸਕਦਾ ਤਾਂ ਕਿ ਬੱਚੇ ਪ੍ਰੈਕਟੀਕਲੀ ਦੇਖ ਸਕਣ ਜਾ ਕੇ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਪ੍ਰੋਸੈਸਿੰਗ ਕਿਸੇ ਵੀ ਫੈਕਟਰੀ ਦੇ ਵਿੱਚ ਹੁੰਦੀ ਹੈ ਪ੍ਰੋਡਕਸ਼ਨ। ਈਜ਼ੀ ਐਸੇ ਕੰਪੀਟੀਸ਼ਨਸ ਹੈ, ਬੱਚਿਆਂ ਨੂੰ ਪਾਰਟਿਸਿਪੇਟ ਕਰਾਇਆ ਜਾ ਸਕਦਾ, ਐਸੇ ਡਿਬੇਟ, ਠੀਕ, ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ। ਅੰਡਰਟੇਕਿੰਗ ਪ੍ਰੋਜੈਕਟਸ, ਅੰਡਰਟੇਕਿੰਗ ਪ੍ਰੋਜੈਕਟਸ, ਅੰਡਰਟੇਕਿੰਗ ਦਾ ਮਤਲਬ ਬਹੁਤ ਸਾਰੇ ਪ੍ਰੋਜੈਕਟਸ ਕਰਵਾਏ ਜਾ ਸਕਦੇ ਨੇ ਤੁਹਾਨੂੰ। ਜਿਵੇਂ ਆਪਾਂ ਪ੍ਰੋਜੈਕਟ ਦਿੰਦੇ ਹਾਂ ਆਪਾਂ, ਹੈ ਨਾ, ਕੋਈ ਇਹਦੇ 'ਤੇ ਕੰਮ ਕਰੋ, ਬਜਟ 'ਤੇ ਕੰਮ ਕਰ ਲਓ, ਜਾਂ ਕੋਈ ਹੋਰ ਕੋਈ ਡਾਟਾ ਇਕੱਠਾ ਕਰਕੇ ਲਿਆਓ, ਉਹ ਸਾਰੀਆਂ ਚੀਜ਼ਾਂ ਆਪਾਂ ਕਰਦੇ ਹਾਂ। ਕ੍ਰੀਏਸ਼ਨ ਆਫ ਮਾਡਲ, ਬੱਚੇ ਜਿਹੜਾ ਹੈਗਾ ਉਹ ਮਾਡਲ ਬਣਾ ਸਕਦੇ ਹਾਂ ਕਿਸੇ ਵੀ ਕਮਰਸ਼ੀਅਲ ਐਕਟੀਵਿਟੀਜ਼ 'ਤੇ। ਠੀਕ ਹੈ, ਤੁਸੀਂ ਅੱਗੇ ਜਾ ਕੇ ਜਦੋਂ ਟੀਚਿੰਗ ਪ੍ਰੈਕਟਿਸ 'ਤੇ ਜਾਓਗੇ, ਉੱਥੇ ਪੜ੍ਹਾਓਗੇ, ਤਾਂ ਉੱਥੇ ਇੱਕ ਮਾਡਲ ਵੀ ਬਣਾਉਣਾ ਹੋਏਗਾ ਤੁਸੀਂ, ਜਿਹਦਾ ਜਿਹਦੇ ਨਾਲ ਬੱਚਾ ਜਿਹੜਾ ਹੈਗਾ ਉਹ ਕਨਸੈਪਟ ਨੂੰ ਜ਼ਿਆਦਾ ਅੱਛੀ ਤਰ੍ਹਾਂ ਨਾਲ ਸਮਝ ਸਕੇ। ਪਬਲਿਸ਼ ਸਕੂਲ ਮੈਗਜ਼ੀਨਸ, ਸਕੂਲ ਮੈਗਜ਼ੀਨ ਦੇ ਲਈ ਤੁਸੀਂ ਸਾਰਿਆਂ ਨੇ ਆਰਟੀਕਲ ਦਿੱਤੇ ਹੋਣੇ ਆ, ਬੱਚੇ ਦਿੱਤੇ ਆ ਆਰਟੀਕਲ ਸਾਰਿਆਂ ਨੂੰ? ਯੈਸ ਸਰ, ਦੇ ਦਈਏ। ਹੈ ਨਾ, ਯੈਸ ਸਰ। ਤਾਂ ਤਾਂ ਆਪਣਾ ਦੇਖੋ, ਆਪਣਾ ਸਕੂਲ ਮੈਗਜ਼ੀਨ ਦੇ ਵਿੱਚ ਆਪਣਾ ਇੱਕ ਅਲੱਗ ਤੋਂ ਹੈਗਾ ਸੈਕਸ਼ਨ ਹੈਗਾ, ਹੈ ਨਾ, ਤਾਂ ਉਹ ਵੀ ਕਮਰਸ ਕਲੱਬ ਜਿਹੜਾ ਕਮਰਸ ਹੈਗਾ ਉਸਨੇ ਆਰਗਨਾਈਜ਼ ਕਰਨਾ ਹੈ। ਮਾਰਕੀਟ ਸਟੱਡੀਜ਼ ਐਂਡ ਸਰਵੇਸ ਕਰਵਾਈਆਂ ਜਾ ਸਕਦੀਆਂ ਨੇ, ਡਿਬੇਟ ਡਿਸਕਸ਼ਨ ਕਰਵਾਈ ਜਾ ਸਕਦੀ ਹੈ, ਰਨਿੰਗ ਆਫ ਸਕੂਲ ਬੈਂਕ ਐਂਡ ਸਕੂਲ ਕੋਆਪਰੇਟਿਵ ਸੋਸਾਇਟੀ ਹੈ। ਜਿਹੜੇ ਲਾਸਟ ਵਾਲੇ 2 ਪੁਆਇੰਟ ਨੇ ਇਹ ਆਪਣੇ ਸਿਲੇਬਸ ਨੇ, ਆਪਾਂ ਇਹਨਾਂ ਦੇ ਬਾਰੇ ਡਿਟੇਲ 'ਚ ਕਰਾਂਗੇ। ਕੁਆਲਿਟੀਜ਼ ਆਫ ਟੀਚਰ ਇੰਚਾਰਜ, ਟੀਚਰ ਇੰਚਾਰਜ ਜਿਹੜਾ ਹੈ ਉਹਦੀ ਕਿਹੜੀ ਕਿਹੜੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ? ਨੰਬਰ 1, ਹੀ ਸ਼ੁੱਡ ਗੈਟ ਦਾ ਕੋਆਪਰੇਸ਼ਨ ਆਫ ਦਾ ਸਟੂਡੈਂਟ। ਜਿਹੜਾ ਟੀਚਰ ਇੰਚਾਰਜ ਹੈ ਉਸਨੇ ਦੇਖਣਾ ਹੈ ਕਿ ਜਿੰਨੇ ਵੀ ਉਸਦੇ ਬੱਚੇ ਨੇ ਸਾਰੇ ਕੋਰਸ ਦੇ, ਉਹਨਾਂ ਸਾਰਿਆਂ ਦਾ ਆਪਸ ਦੇ ਵਿੱਚ ਕੋਆਪਰੇਸ਼ਨ ਹੋਣਾ ਜ਼ਰੂਰੀ ਹੈ, ਤਾਂ ਹੀ ਕੋਈ ਐਕਟੀਵਿਟੀ ਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਕਰ ਸਕਾਂਗੇ। ਹੀ ਮਸਟ ਬੀ ਏਬਲ ਟੂ ਆਫਰ ਕੰਸਟਰਕਟਿਵ ਸੁਜੈਸ਼ਨਸ ਫਾਰ ਐਕਟੀਵਿਟੀਜ਼ ਆਫ ਦਾ ਕਲੱਬ। ਕੁਛ ਨਾ ਕੁਛ ਸੁਜੈਸ਼ਨਸ ਔਰ ਆਈਡੀਆਜ਼ ਟੀਚਰ ਦੇ ਹੋਣੇ ਚਾਹੀਦੇ ਨੇ, ਅੱਗੇ ਬੱਚੇ ਡਿਵੈਲਪ ਕਰ ਲੈਂਦੇ ਨੇ, ਫਿਰ ਉਸਨੂੰ ਬੱਚੇ ਆਪਣੇ ਦਿਮਾਗ ਲਗਾ ਕੇ ਕੰਮ ਕਰਦੇ ਨੇ। ਹੀ ਮਸਟ ਬੀ ਏਬਲ ਟੂ ਗਾਈਡ, ਟੀਚਰ ਨੂੰ ਆਪ ਪਤਾ ਹੋਣਾ ਚਾਹੀਦਾ ਪਹਿਲਾਂ ਤਾਂ ਕਿਆ ਕਰਵਾਉਣਾ ਹੈ। ਜਿਵੇਂ ਆਪਾਂ ਸਟਾਰਟਿੰਗ 'ਚ ਕਿਹਾ ਸੀਗਾ
जितनी एक्टिविटीज करनी है बच्चे ने वो अंडर द गाइडेंस एंड डायरेक्शन ऑफ टीचर ही करना है। तो टीचर को एनएबल होना चाहिए टू गाइड कर सके। ही मस्ट हैव द एबिलिटी टू प्लान सिस्टमेटिकली। उन टीचर ने अगर टूर लेके जाना है, कोई एक्सटेंशन लेक्चर करवाना है, तो उसके लिए टीचर ने प्लान करना है जो किस तरह करना है ताकि सारी चीजें जो आएंगे सिस्टमेटिकली चल सके। ही मस्ट बी विलिंग टू गिव टाइम एंड थॉट इन मेकिंग द वर्क ऑफ द क्लब अ सक्सेस। अच्छा, हम किसी भी काम को करने के लिए टाइम एंड थॉट प्रोसेस तो होना बहुत जरूरी है, प्लानिंग तो होना बहुत जरूरी है, या पगलन गलत करी है तो सारी गलत जरूरी है, जो कि एक टीचर ने अपना टाइम थॉट प्लानिंग प्रोसेस हो चुका रखना। ही मस्ट बी डेमोक्रेटिक। जिहड़ा टीचर है वो डेमोक्रेटिक होना चाहिए। जिवें आपां कमर्स क्लब या सोसाइटी ने जिहड़ा इलैक्शन करवाई है ना, वो डेमोक्रेटिक तरीके दे नाल करवाई सी, ठीक है ना। डेमोक्रेसी होनी चाहिए है, कोई किसी भी किस्म की पार्शियलिटी नहीं होनी चाहिए। ही मस्ट पोजेस अ सेंस ऑफ ह्यूमर। टीचर इस तरह का भी होना चाहिए जिहड़ा हर टाइम मतलब सीरियस ही रहे, उसनूं सेंस ऑफ ह्यूमर भी होना चाहिए ताकि लाइट मूव रहे सारे जने खुश रहें। ही मस्ट हैव नेसेसरी टैलेंट एंड स्किल्स सो दैट पीपल लुक अपॉन एज ए मॉडल। तो उसके को टीचर दी अपनी स्किल्स अपनी क्वालिटीज होनी चाहिए ताकि बच्चे टीचर को देखें और टीचर को गाइडेंस लें। ही शुड हेल्प द क्लब्स एंड सोसाइटीज टू मेक अ वाइज चॉइस ऑफ ऑफिस बियरर इंडिकेटिंग व्हाट क्वालिटीज आर नेसेसरी इन एन ऑफिस बियरर but should do nothing to force his choice in favor of an individual. ਹੁਣ ਜਿਹੜਾ ਟੀਚਰ ਹੈ ਉਸਨੇ ਇਹ ਤਾਂ ਦੱਸਣਾ ਹੈ ਵੀ ਕਿਹੜੀ ਕਿਹੜੀ ਪੋਸਟ ਲਈ ਕਿਹੜੀ ਕਿਹੜੀ ਕੁਆਲਿਟੀਜ਼ ਦਾ ਹੋਣਾ ਜ਼ਰੂਰੀ ਹੈ, ਲੇਕਿਨ ਉਸਨੇ ਫੋਰਸ ਨਹੀਂ ਕਰਨਾ ਕਿ ਇਹ ਬੱਚਾ ਕਿਹੜੀ ਪੋਸਟ 'ਤੇ ਜਾਏਗਾ। He should make a careful preparation for participation in popular activities he she does for the teaching work. ਜਿਸ ਤਰ੍ਹਾਂ ਇੱਕ ਟੀਚਰ ਟੀਚਿੰਗ ਕਰਨ ਦੇ ਲਈ ਆਪਣੇ ਪੜ੍ਹਾਉਣ ਦੇ ਲਈ ਪਲੈਨਿੰਗ ਕਰਦਾ, ਪ੍ਰੋਪਰ ਆਪਣਾ ਲੈਸਨ ਪਲੈਨ ਤਿਆਰ ਕਰਦਾ ਹੈ, ਇਸੇ ਤਰੀਕੇ ਦੇ ਨਾਲ ਜਿਹੜੀਆਂ ਵੀ ਕੋਕਰਿਕੁਲਰ ਐਕਟੀਵਿਟੀਜ਼ ਟੀਚਰ ਦੇ ਅੰਦਰ ਤਿਆਰ ਕਰੇਗਾ ਉਸਦੇ ਲਈ ਪ੍ਰੋਪਰ ਪਲੈਨਿੰਗ ਹੋਣੀ ਜ਼ਰੂਰੀ ਹੈ। ਆਰਗੇਨਾਈਜੇਸ਼ਨ ਆਫ ਕਮਰਸ ਕਲੱਬ, ਇਹ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਕਿਹੜੇ ਕਿਸਮ ਦੀ ਕੰਸਟੀਟਿਊਸ਼ਨ ਹੁੰਦੀ ਹੈ ਇਸਦੀ। ਇੱਕ ਪੈਟਰਨ ਹੁੰਦਾ ਹੈ, ਇੰਚਾਰਜ ਹੁੰਦਾ ਹੈ, ਮੈਂਬਰਸ ਹੁੰਦੇ ਨੇ। ਪੈਟਰਨ ਪ੍ਰਿੰਸੀਪਲ ਲੈ ਲਓ ਆਪਾਂ, ਇੰਚਾਰਜ ਕਮਰਸ ਕਲੱਬ ਦਾ ਇੰਚਾਰਜ ਹੈ, ਹੈਡ ਹੈਡ ਆਫ ਡਿਪਾਰਟਮੈਂਟ ਜਿਵੇਂ ਮੈਂ ਹੋ ਗਿਆ, ਔਰ ਜੋ ਮੈਂਬਰ ਮੈਂਬਰ ਸਾਰੇ ਹੀ ਮੈਂਬਰ ਹੈ, ਇਸਦੇ ਸਾਰੇ ਮੈਂਬਰ ਲਵਾਂਗੇ ਆਪਾਂ ਜਿੰਨੇ ਵੀ ਕਮਰਸ ਦੇ ਨੇ। ਔਰ ਆਰਗਨਾਈਜ਼ਿੰਗ ਔਰ ਇੱਕ ਐਗਜ਼ੀਕਿਊਟਿਵ ਕਮੇਟੀ ਹੁੰਦੀ ਹੈ, ਜਿਵੇਂ ਤੁਸੀਂ ਵੀ ਸਾਰੇ ਜਣੇ ਚੂਜ਼ ਕਰੇ ਹੈ ਨਾ, ਚੇਅਰਮੈਨ ਹੈ, ਸੈਕਟਰੀ ਹੈ, ਅਸਿਸਟੈਂਟ ਸੈਕਟਰੀ ਹੈ, ਟ੍ਰੇਨਰ ਹੈ, ਉਸ ਤੋਂ ਬਾਅਦ ਆਪਾਂ ਸਾਰੇ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰ ਹੁੰਦੇ ਨੇ। ਬੱਚੇ ਸਮਝ ਆਇਆ ਇੱਥੇ ਤੱਕ? ਯੈਸ ਸਰ, ਯੈਸ ਸਰ, ਯੈਸ ਸਰ। ਹਾਂ, ਗੁੱਡ। ਤਾਂ ਹੁਣ ਅੱਜ ਆਪਾਂ ਪਹਿਲੇ ਇੱਕ ਕੁਝ ਕਰਾਂਗੇ, ਸਕੂਲ ਐਕਟੀਵਿਟੀ, ਸਕੂਲ ਬੈਂਕ, ਠੀਕ ਹੈ। ਦਾ ਸਕੂਲ ਬੈਂਕਿੰਗ ਪ੍ਰੋਗਰਾਮ ਪ੍ਰੋਵਾਈਡਸ ਅ ਫਨ ਇੰਟਰੈਕਟਿਵ and engaging way for young students to learn about money and develop good saving habits. ਤਾਂ ਜਿਹੜਾ ਇਹ ਸਕੂਲ ਬੈਂਕ ਦਾ ਜਿਹੜਾ ਕੰਮ ਹੈ ਇਹ ਕਿਆ ਹੈ, ਇਹ ਫਨ ਇੰਟਰੈਕਟਿਵ ਐਂਡ ਇੰਗੇਜਿੰਗ ਤਰੀਕਾ ਹੁੰਦਾ ਹੈ, ਔਰ ਇਸੇ ਜਿਹੜਾ ਹੈ ਇਸ ਦੇ ਨਾਲ ਬੱਚੇ ਦੇ ਵਿੱਚ ਸੇਵਿੰਗ ਦੀਆਂ ਜਿਹੜੀਆਂ ਹੈਬਿਟਸ ਨੇ ਉਹ ਡਿਵੈਲਪ ਹੁੰਦੀਆਂ ਨੇ, ਠੀਕ ਹੈ। ਸਕੂਲ ਬੈਂਕਿੰਗ ਇਨਕਰੇਜਿਸ ਚਿਲਡਰਨ ਟੂ ਰੈਗੂਲਰਲੀ ਡਿਪੋਜ਼ਿਟ ਮਨੀ ਇਨਟੂ ਦੇਅਰ ਸੇਵਿੰਗ ਅਕਾਊਂਟ। ਬੱਚੇ ਜਿਹੜੇ ਹੈ ਉਹ ਜਿਹੜਾ ਸਕੂਲ ਦੇ ਵਿੱਚ ਛੋਟੀ ਬ੍ਰਾਂਚ ਖੁੱਲ੍ਹੀ ਹੁੰਦੀ ਹੈ ਉਸਦੇ ਵਿੱਚ ਰੈਗੂਲਰਲੀ ਕੁਝ ਪੈਸਾ ਜਮ੍ਹਾਂ ਕਰਾਉਂਦੇ ਨੇ ਆਪਣੇ ਅਕਾਊਂਟ ਦੇ ਵਿੱਚ ਐਂਡ ਅਰਨ ਰਿਵਾਰਡ, ਔਰ ਉਸਦੇ ਵੱਲੋਂ ਉਹਨੂੰ ਰਿਵਾਰਡ ਮਿਲਦੇ ਨੇ ਵਿਚ ਕੈਨ ਦੈਨ ਬੀ ਰਿਡੀਮਡ ਫੋਰ ਐਨ ਐਕਸਾਈਟਿੰਗ ਰਿਵਾਰਡ ਥਰੂ ਦਾ ਰਿਵਾਰਡ ਪ੍ਰੋਗਰਾਮ। ਔਰ ਬੱਚਾ ਜਿਹੜਾ ਹੈ ਉਹਨਾਂ ਪੈਸਿਆਂ ਨੂੰ ਫਿਰ ਇੱਕ ਰਿਵਾਰਡ ਪ੍ਰੋਗਰਾਮ ਦੇ ਅੰਦਰ ਆਪਣਾ ਵਿਦਡਰਾਅ ਕਰ ਸਕਦਾ ਹੈ। ਹੁਣ ਇਹ ਦੇਖੋ ਧਿਆਨ ਨਾਲ, ਵਟ ਇਜ਼ ਅ ਸਕੂਲ ਬੈਂਕ? ਸਕੂਲ ਬੈਂਕ ਹੈ, ਸਕੂਲ ਬੈਂਕ ਇਜ਼ ਅ ਮਿੰਨੀ ਬ੍ਰਾਂਚ ਇਨ ਦਾ ਸਕੂਲ। ਇਟ ਸੈਟ ਅਪ ਐਂਡ ਮੈਨੇਜਡ ਬਾਈ ਕਿਡਸ, ਬੱਚਿਆਂ ਦੁਆਰਾ ਹੀ ਕਰੀ ਜਾਂਦੀ ਹੈ, ਫੋਰ ਕਿਡਸ ਵਿਦ ਸਪੋਰਟ ਐਂਡ ਗਾਈਡੈਂਸ ਆਫ ਦਾ ਲੋਕਲ ਬ੍ਰਾਂਚ ਇੰਪਲਾਈਜ਼। ਤਾਂ ਜਿਹੜੀ ਵੀ ਨੇੜੇ ਬ੍ਰਾਂਚ ਹੈ ਬੈਂਕ ਦੀ, ਉਹਨਾਂ ਦੇ ਇੰਪਲਾਈਜ਼ ਦੀ ਸਹਾਇਤਾ ਦੇ ਨਾਲ ਇੱਕ ਛੋਟਾ ਜਿਹਾ ਬੈਂਕ ਜਿਹੜਾ ਹੈ, ਸਕੂਲ ਬੈਂਕ ਹੈ, ਉਹ ਸਕੂਲ ਦੇ ਵਿੱਚ ਖੋਲ੍ਹਿਆ ਜਾਂਦਾ ਹੈ। ਬੱਚਿਆਂ ਲਈ ਹੁੰਦਾ, ਬੱਚੇ ਹੀ ਮੈਨੇਜ ਕਰਦੇ ਨੇ, ਸਾਰਾ ਕੁਝ ਬੱਚੇ ਕਰਦੇ ਨੇ, ਲੇਕਿਨ ਸਪੋਰਟ ਐਂਡ ਗਾਈਡੈਂਸ ਆਪਾਂ ਲੋਕਲ ਬੈਂਕ ਤੋਂ ਆਪਾਂ ਲੈ ਜਾ ਸਕਦੇ। ਬ੍ਰਾਂਚ ਇੰਪਲਾਈ ਇੰਟਰਵਿਊ ਪੀਪਲਸ ਫੋਰ ਦ ਡਿਫਰੈਂਟ ਬ੍ਰਾਂਚ ਰੂਲਸ, ਟ੍ਰੇਨ ਦੈਮ ਐਂਡ ਦੈਨ ਸਪੋਰਟ ਦ ਰਨਿੰਗ ਆਫ ਦ ਸਕੂਲ ਬੈਂਕ। ਜਿਹੜਾ ਬ੍ਰਾਂਚ ਇੰਪਲਾਈ ਹੈ ਉਹ ਇੰਟਰਵਿਊ ਲੈਂਦਾ ਹੈ ਅਲੱਗ ਅਲੱਗ ਪੋਸਟਾਂ ਦੇ ਲਈ, ਬੱਚੇ ਦੀ ਅਲੱਗ ਅਲੱਗ ਰੋਲਸ ਦੇ ਲਈ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਹੈ ਵੀ ਕਿਹੜੇ ਕਿਹੜੇ ਕੰਮ ਕਰਨੇ ਨੇ, ਕਿਸ ਤਰ੍ਹਾਂ ਕਿਸ ਤਰ੍ਹਾਂ ਕਰਨੇ ਨੇ, ਔਰ ਫਿਰ ਜਿਹੜਾ ਹੈਗਾ ਉਹ ਬੱਚਾ ਕੰਮ ਕਰਦੇ ਨੇ, ਔਰ ਜਿਹੜਾ ਬ੍ਰਾਂਚ ਇੰਪਲਾਈ ਹੈ ਉਹ ਉਹਨਾਂ ਦੀ ਸਪੋਰਟ ਕਰਦਾ ਹੈ, ਦੇਖਦਾ ਹੈ, ਤਾਂ ਕਿ ਜਿਹੜਾ ਸਾਰੇ ਫੰਕਸ਼ਨਸ ਨੇ ਸਾਰੇ ਪ੍ਰੋਪਰ ਕੰਮ ਜਿਹੜੇ ਹੈ ਤਰੀਕੇ ਨਾਲ ਹੋ ਸਕਣ। ਜੋਬਸ ਇਨ ਦਾ ਸਕੂਲ ਬੈਂਕ ਕਿਹੜੇ ਕਿਹੜੇ ਹੁੰਦੇ ਨੇ? ਸਕੂਲ ਬੈਂਕ ਦੇ ਵਿੱਚ ਕਿਆ ਕਿਆ ਹੈ? ਕੈਸ਼ੀਅਰ ਹੈ, ਸੇਲਸ ਐਡਵਾਈਜ਼ਰ ਹੈ, ਮਾਰਕੀਟਿੰਗ ਮੈਨੇਜਰ ਹੈ, ਬ੍ਰਾਂਚ ਮੈਨੇਜਰ ਹੈ, ਆਡਿਟ ਕੰਟਰੋਲਰ ਹੈ, ਐਂਡ ਫਲੋਰ ਵਾਕਰਸ ਹੈ, ਠੀਕ ਹੈ ਨਾ। ਉਹ ਜਿਹੜੇ ਆਪਣੇ ਕਸਟਮਰਸ ਹੋ ਗਏ, ਆਲ ਸਕੂਲ ਪੀਪਲ
ਇਹ ਸਾਰੇ ਰੋਲ ਜਿਵੇਂ ਇੱਕ ਨਾਰਮਲ ਬੈਂਕ ਦੇ ਵਿੱਚ ਹੁੰਦੇ ਨੇ ਉਹ ਸਾਰੇ ਇੱਥੇ ਹੋਣਗੇ। ਵਰਕ ਐਕਸਪੀਰੀਅੰਸ, ਵਰਕਿੰਗ ਐਟ ਅ ਸਕੂਲ ਬੈਂਕ ਪ੍ਰੂਵਸ ਦੈਟ ਯੂ ਆਰ ਰਿਸਪੋਨਸੀਬਲ ਐਂਡ ਇੰਡੀਪੈਂਡੈਂਟ। ਜਿਹੜੇ ਕੰਮ ਕਰ ਰਹੇ ਨੇ ਬੈਂਕ ਦੇ ਵਿੱਚ ਬੱਚੇ ਉਹ ਸਾਰੇ ਰਿਸਪੋਨਸੀਬਲ ਹੈ ਆਪਣੇ ਆਪਣੇ ਕੰਮ ਦੇ ਪ੍ਰਤੀ ਔਰ ਇੰਡੀਪੈਂਡੈਂਟ ਆਪਣੀ ਮਰਜ਼ੀ ਦੇ ਨਾਲ ਜਿਵੇਂ ਹੈ ਉਹ ਕਰ ਕੰਮ ਕਰ ਸਕਦਾ। ਸੋ ਇਟਸ ਆਈਡੀਅਲ ਵਰਕ ਐਕਸਪੀਰੀਅੰਸ ਹੈ। ਯੂ ਵਿਲ ਆਲਸੋ ਪਿਕ ਅਪ ਅ ਲੋਟ ਆਫ ਰੀਅਲ ਵਰਲਡ ਫਾਈਨੈਂਸ਼ੀਅਲ ਨੋਲੇਜ। ਇਸ ਦੇ ਵਿੱਚ ਕੀ ਹੁੰਦਾ ਬੱਚੇ ਨੂੰ ਰੀਅਲ ਵਰਲਡ ਦੀ ਨੋਲੇਜ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਬੱਚੇ ਜਿਹੜੇ ਅਲੱਗ ਅਲੱਗ ਰੋਲ ਪਲੇ ਕਰ ਰਹੇ ਨੇ ਜਿਵੇਂ ਆਪਾਂ ਨੇ ਉੱਪਰ ਡਿਸਕਸ ਕੀਤਾ ਹੈ ਕੈਸ਼ੀਅਰ ਹੈ, ਸੇਲ ਐਡਵਾਈਜ਼ਰ ਹੈ, ਮਾਰਕੀਟਿੰਗ ਮੈਨੇਜਰ ਹੈ, ਅਲੱਗ ਅਲੱਗ ਤਰ੍ਹਾਂ ਦੇ। ਠੀਕ ਹੈ। ਇਨਫੋਰਮੇਸ਼ਨ ਫਾਰ ਟੀਚਰ ਐਂਡ ਪੇਰੈਂਟਸ। ਸਕੂਲ ਬੈਂਕ ਆਫਰਸ ਅ ਡਿਫਰੈਂਟ ਟੇਕ ਔਨ ਫਾਈਨੈਂਸ਼ੀਅਲ ਐਜੂਕੇਸ਼ਨ ਸੂਟੇਬਲ ਫਾਰ ਸਟੂਡੈਂਟਸ। ਇਨਫੋਰਮੇਸ਼ਨ ਫਾਰ ਟੀਚਰਸ ਐਂਡ ਪੇਰੈਂਟਸ, ਇਹਦੇ ਵਿੱਚ ਕਿਆ ਕਿਆ ਹੁੰਦਾ ਹੈ। ਸਕੂਲ ਬੈਂਕ ਆਫਰਸ ਅ ਡਿਫਰੈਂਟ ਟੇਕ ਔਨ ਫਾਈਨੈਂਸ਼ੀਅਲ ਐਜੂਕੇਸ਼ਨ। ਫਾਈਨੈਂਸ਼ੀਅਲ ਐਜੂਕੇਸ਼ਨ ਪ੍ਰੋਵਾਈਡ ਕਰੀ ਜਾਂਦੀ ਹੈ ਬੱਚਿਆਂ ਦੇ ਲਈ, ਪਰਸਨਲ ਫਾਈਨਾਂਸ, ਰਿਸਪੋਂਸਿਬਿਲਿਟੀਜ਼ ਆਫ ਕੈਸ਼ ਮੈਨੇਜਮੈਂਟ ਐਂਡ ਮੈਨੇਜ ਦੇਅਰ ਓਨ ਪ੍ਰੋਜੈਕਟ। ਬੱਚਾ ਜਿਹੜਾ ਹੈ ਕਿਸ ਤਰ੍ਹਾਂ ਆਪਣੇ ਪ੍ਰੋਜੈਕਟਸ ਨੂੰ ਮੈਨੇਜ ਕਰ ਸਕਦਾ ਹੈ, ਇਹ ਹੈਗਾ ਬੱਚੇ ਸਕੂਲ ਬੈਂਕ। ਇਸ ਦੇ ਵਿੱਚ ਕਿਆ ਹੁੰਦਾ ਹੈ, ਟੀਮ ਆਫ 5 ਸਟੂਡੈਂਟਸ ਏਜ 16 ਪਲੱਸ ਸੈਟ ਅਪ ਐਂਡ ਮੈਨੇਜ ਦਾ ਡੇ ਟੂ ਡੇ ਆਪਰੇਸ਼ਨਸ ਆਫ ਸਕੂਲ ਬੈਂਕ। ਲੋਕਲ ਬ੍ਰਾਂਚ ਜਿਹੜੀ ਹੈ ਉਹ ਹੈਲਪ ਕਰਦੀ ਹੈ। ਔਰ ਇਸ ਦੇ ਵਿੱਚ ਕਿਆ ਕਿਆ ਹੁੰਦਾ, ਕਿਆ ਕਿਆ ਕੰਮ ਹੁੰਦੇ ਨੇ, ਫਿਲਿੰਗ ਆਫ ਪੇ ਸਲਿਪਸ, ਚੈਕਸ, ਡਿਪੋਜ਼ਿਟਿੰਗ ਐਂਡ ਵਿਡਰਾਇੰਗ ਕੈਸ਼, ਮਾਰਕੀਟਿੰਗ, ਮਨੀ ਮੈਨੇਜਮੈਂਟ, ਰੈਗੂਲਰ ਸੇਵਿੰਗਸ, ਕਸਟਮਰ ਸਰਵਿਸਿਸ, ਮੈਨੇਜਮੈਂਟ ਐਂਡ ਟੀਮ ਵਰਕ, ਪਰਸਨਲ ਡਿਵੈਲਪਮੈਂਟ ਐਂਡ ਪ੍ਰੈਜੈਂਟੇਸ਼ਨ ਸਕਿੱਲਸ। ਠੀਕ ਹੈ। ਸਿਕਿਉਰਿਟੀ, ਡਾਟਾ ਪ੍ਰੋਟੈਕਸ਼ਨ ਐਂਡ ਕੰਪਲਾਇੰਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬੱਚੇ ਬੈਂਕ ਉਹਦੇ ਵਿੱਚ ਬੈਂਕ ਦੇ ਵਿੱਚ ਕਰਦੇ ਨੇ। ਵੀ ਕੈਨ ਗਿਵ ਅ ਪੀਰੀਅਡ ਇਨ ਦਾ ਟਾਈਮ ਟੇਬਲ ਇਨ ਆਰਡਰ ਟੂ ਡਿਵੈਲਪ ਅ ਕਮਰਸ਼ੀਅਲ ਐਟੀਟਿਊਡ ਅਮੰਗ ਸਟੂਡੈਂਟਸ। ਹੁਣ ਬੱਚੇ ਨੇ ਸਾਰਾ ਇਹ ਜਿਹੜਾ ਕੰਮ ਹੈ ਉਹ ਕਰਨਾ ਤਾਂ ਡਿਊਰਿੰਗ ਦਾ ਸਕੂਲ ਟਾਈਮ ਹੀ ਹੈ। ਤਾਂ ਸਕੂਲ ਟਾਈਮਿੰਗ ਦੇ ਵਿੱਚ ਅਗਰ ਕਰਨਾ ਹੈ ਤਾਂ ਸਾਨੂੰ ਸਕੂਲ ਟਾਈਮ ਟੇਬਲ ਦੇ ਵਿੱਚ ਪੀਰੀਅਡ ਉਹਨਾਂ ਨੂੰ ਦੇਣਾ ਪਏਗਾ। ਮੈਰਿਟਸ ਆਫ ਸਕੂਲ ਬੈਂਕ, ਕਿਆ ਕਿਆ ਮੈਰਿਟਸ ਨੇ, ਦੇਖੋ ਕਾਮਨ ਦੀਆਂ ਮੈਰਿਟਸ ਨੇ ਜਿਹੜੀ ਆਪਾਂ ਨੇ ਪਹਿਲਾਂ ਵੀ ਗੱਲ ਕਰੀ ਹੈ। ਸੇਵਿੰਗ ਹੈਬਿਟਸ, ਬੱਚੇ ਦੇ ਵਿੱਚ ਆਪਣੇ ਪੈਸੇ ਨੂੰ ਸੇਵ ਕਿਵੇਂ ਉਹਨੇ ਪ੍ਰੋਪਰਲੀ ਕਰਨਾ ਹੈ ਕਿਵੇਂ, ਠੀਕ ਹੈ, ਉਸ ਦੇ ਬਾਰੇ ਜਾਣਕਾਰੀ ਹੁੰਦੀ ਹੈ। ਸੇਵਿੰਗ ਹੈਬਿਟ, ਬੱਚਾ ਨੈਸੈਸਰੀ ਤੋਂ ਪੈਸੇ ਨਹੀਂ ਖਰਚਦਾ। ਮੈਨੇਜਮੈਂਟ ਸਕਿੱਲਸ ਹੈ, ਰਿਸਪੋਂਸੀਬਿਲਿਟੀ ਬੱਚੇ ਨੂੰ ਆਉਂਦੀ ਹੈ ਜਦੋਂ ਬੱਚੇ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਕੰਮ ਕਰਦੇ ਨੇ। ਪ੍ਰੋਪਰ ਯੂਟੀਲਾਈਜੇਸ਼ਨ ਆਫ ਲੇਜਰ ਟਾਈਮ ਹੈ, ਫ੍ਰੀ ਟਾਈਮ ਦੇ ਵਿੱਚ ਬੱਚੇ ਕੰਮ ਕਰਦੇ ਨੇ। ਕੰਫੀਡੈਂਸ ਲੈਵਲ ਬੱਚੇ ਦੇ ਵਿੱਚ ਆਉਂਦਾ ਹੈ ਜਦੋਂ ਬੱਚਾ ਡੀਲ ਕਰਦਾ ਲੋਕਾਂ ਦੇ ਨਾਲ, ਹੋਰ ਬੱਚਿਆਂ ਦੇ ਨਾਲ। ਪ੍ਰੈਕਟੀਕਲ ਐਕਸਪੀਰੀਅੰਸ ਹੈ, ਬੱਚਾ ਜਦੋਂ ਆਪਾਂ ਪਹਿਲਾਂ ਵੀ ਗੱਲ ਕਰੀਏ ਕਿ ਸਪਲੀਮੈਂਟਰੀ, ਜਦੋਂ ਇਹ ਥਿਓਰੀਟੀ ਨੂੰ ਆਪਾਂ ਸਪਲੀਮੈਂਟਰੀ ਕਰਦੇ ਹਾਂ ਥਿਊਰੀ ਨੂੰ, ਤਾਂ ਬੱਚਾ ਜ਼ਿਆਦਾ ਵਧੀਆ ਸਿੱਖਦਾ ਹੈ। ਪ੍ਰੈਕਟੀਕਲ ਐਕਸਪੀਰੀਅੰਸ ਇੰਟਰਸਟਿੰਗ ਹੈ, ਬੱਚੇ ਦਾ ਮਨ ਲੱਗਿਆ ਰਹਿੰਦਾ ਹੈ ਕੰਮ ਦੇ ਵਿੱਚ। ਲੀਡਰਸ਼ਿਪ ਕੁਆਲਿਟੀਜ਼ ਹੈ, ਬੱਚਾ ਜਿਹੜਾ ਹੈਗਾ ਇੱਕ ਜਿਹੜਾ ਮੈਨੇਜਰ ਬਣੇਗਾ, ਠੀਕ ਹੈ, ਲੀਡਰਸ਼ਿਪ ਕੁਆਲਿਟੀਜ਼ ਆਉਣਗੀਆਂ। ਪ੍ਰੋਪਰ ਯੂਟੀਲਾਈਜੇਸ਼ਨ ਆਫ ਕਮਿਊਨਿਟੀ ਰਿਸੋਰਸਿਸ ਲਾਈਕ ਲੋਕਲ ਬ੍ਰਾਂਚ ਇੰਪਲਾਈਜ਼, ਆਪਾਂ ਇਸ ਦੇ ਵਿੱਚ ਕਮਿਊਨਿਟੀ ਰਿਸੋਰਸਿਸ ਨੂੰ ਇਨਵੋਲਵ ਕਰ ਰਹੇ ਹਾਂ। ਜਿਹੜਾ ਲੋਕਲ ਆਪਾਂ ਪਹਿਲਾਂ ਗੱਲ ਕਰੀ ਹੈ ਕਿ ਲੋਕਲ ਜਿਹੜਾ ਬ੍ਰਾਂਚ ਦਾ ਇੰਪਲਾਈ ਹੈ ਉਸ ਦਾ ਉਹੀ ਸੁਪਰਵਾਈਜ਼ ਕਰਦਾ ਹੈ, ਦੇਖਦਾ ਹੈ, ਇੰਟਰਵਿਊ ਲੈਂਦਾ ਹੈ, ਸਾਰੀਆਂ ਚੀਜ਼ਾਂ। ਬੱਚੇ ਸਮਝ ਆਇਆ ਇੱਥੇ ਤੱਕ? ਯੈਸ ਸਰ, ਆ ਰਿਹਾ ਜੀ। ਯੈਸ ਸਰ, ਹਾਂ ਯੈਸ ਸਰ। ਬਸ ਐਨੀ ਕਰਾਂਗੇ, ਅੱਜ ਸਕੂਲ ਬੈਂਕ ਤੱਕ ਹੀ ਕਰਾਂਗੇ, ਕੋਆਪਰੇਟਿਵ ਸੋਸਾਇਟੀ ਮੈਂ ਨੈਕਸਟ ਟਾਈਮ ਕਰਾਂਗਾ। ਠੀਕ ਹੈ।